ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦੀ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਸੀਗਾ, ਜਿਹੜੇ ਭੈਣ ਭਰਾ ਫੇਸਬੁੱਕ ਤੋਂ ਪੈਸਾ ਕਮਾਉਣਾ ਚਾਹੁੰਦੇ ਫੇਸਬੁੱਕ 'ਤੇ ਪੇਜ ਬਣਾ ਕੇ, ਅਤੇ ਉਹਨਾਂ ਨੂੰ ਫੇਸਬੁੱਕ 'ਤੇ ਪੇਜ ਨਹੀਂ ਬਣਾਉਣਾ ਆਉਂਦਾ, ਸਿਰਫ ਉਹੀ ਇਹ ਵੀਡੀਓ ਦੇਖਣ ਜਿਹੜੇ ਵੀਰਾਂ ਨੂੰ ਫੇਸਬੁੱਕ ਬਾਰੇ ਸਾਰੀ ਨੌਲੇਜ ਆ, ਉਹਨਾਂ ਲਈ ਇਹ ਵੀਡੀਓ ਬਿਲਕੁਲ ਨਹੀਂ ਗੀ। ਅਤੇ ਬਾਕੀ ਜਿਹੜੇ ਵੀ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੇ ਆ, ਬਿਗਨਰ ਆ, ਲੋੜਵੰਦ ਆ, ਉਹ ਵੀਰ ਜ਼ਰੂਰ ਸ਼ੇਅਰ ਕਰਨ, ਤਾਂ ਜੋ ਹੋਰ ਵੀ ਭੈਣ ਭਰਾਵਾਂ ਤੱਕ ਇਹ ਵੀਡੀਓ ਪਹੁੰਚ ਸਕੇ ਵੀ ਫੇਸਬੁੱਕ 'ਤੇ ਪੇਜ ਕਿੱਦਾਂ ਬਣਦਾ। ਹੁਣ ਜਿਹੜੀ ਤੁਸੀਂ ਨੈਕਸਟ ਸਕਰੀਨ ਦੇਖੋਗੇ ਆ ਮੇਰੀ ਵੀਡੀਓ ਤੋਂ ਬਾਅਦ, ਉਹ ਤੁਹਾਡੇ ਫੋਨ ਦੀ ਆਪਣੀ ਸਕਰੀਨ ਹੋਊਗੀ। ਤੁਸੀਂ ਜਿੱਦਾਂ ਜਿੱਦਾਂ ਮੈਂ ਬੋਲੂੰਗਾ ਉਸੇ ਉਸੇ ਹਿਸਾਬ ਨਾਲ ਤੁਸੀਂ ਫੋਨ 'ਤੇ ਕਲਿੱਕ ਕਰਦੇ ਰਹਿਣਾ, ਅਤੇ ਆਪਦਾ ਪੇਜ ਦਾ ਕੈਟਾਗਰੀ ਤੁਸੀਂ ਚੋਇਸ ਕਰਨੀ, ਉਹ ਤੁਹਾਨੂੰ ਸਮਝਾਉਣਾ ਮੈਂ। ਅਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਹਾਂ, ਤੁਹਾਡੇ ਫੋਨ ਦੀ ਡਿਸਪਲੇ ਓਪਨ ਹੋ ਗਈ ਆ। ਡਿਸਪਲੇ ਓਪਨ ਕਰਕੇ ਸਭ ਤੋਂ ਪਹਿਲਾਂ ਤੁਸੀਂ ਫੇਸਬੁੱਕ ਦੇ ਉੱਪਰ ਓਕੇ ਕਰਨਾ। ਫੇਸਬੁੱਕ 'ਤੇ ਓਪਨ ਕਰਕੇ ਆ ਜਿੱਥੇ ਐਰੋ ਦਾ ਨਿਸ਼ਾਨ ਬਣਿਆ ਥੱਲੇ ਥੱਲੇ ਮੈਨੂ, ਇਹਦੇ 'ਤੇ ਓਕੇ ਕਰਨਾ। ਇਸ ਤੋਂ ਬਾਅਦ ਆ ਸਾਈਡ 'ਤੇ ਯੈਲੋ ਕਲਰ ਦਾ ਝੰਡਾ ਜਿਹਾ ਬਣਿਆ, ਇਹਦੇ ਉੱਤੇ ਓਕੇ ਕਰਨਾ। ਇਹਦੇ ਉੱਤੇ ਓਕੇ ਕਰਨ ਤੋਂ ਬਾਅਦ ਉੱਤੇ ਲਿਖਿਆ ਕ੍ਰੀਏਟ ਕ੍ਰੀਏਟ ਕ੍ਰੀਏਟ, ਇੱਥੇ ਐਰੋ ਦਾ ਨਿਸ਼ਾਨ ਬਣਿਆ, ਇੱਥੇ ਓਕੇ ਕਰਨਾ। ਇਸ ਤੋਂ ਬਾਅਦ ਆ ਜਾਂਦਾ ਗੈਟ ਸਟਾਰਟਡ, ਗੈਟ ਸਟਾਰਟਡ 'ਤੇ ਓਕੇ ਕਰਨਾ। ਇਸ ਤੋਂ ਬਾਅਦ ਤੁਸੀਂ ਆਪਦੇ ਕਿੱਤੇ ਦੇ ਹਿਸਾਬ ਨਾਲ, ਆਪਦੇ ਪ੍ਰੋਫੈਸ਼ਨ ਦੇ ਹਿਸਾਬ ਨਾਲ ਪੇਜ ਦਾ ਨਾਮ ਸਿਲੈਕਟ ਕਰ ਲੈਣਾ। ਜਿਵੇਂ ਮੈਂ ਇੱਥੇ ਲਿਖ ਲੈਂਦਾ ਖੇਤੀਬਾੜੀ, ਖੇਤੀਬਾੜੀ ਗਿਆਨ, ਖੇਤੀਬਾੜੀ ਦਾ ਗਿਆਨ, ਇੱਦਾਂ ਕਰ ਲੈਣਾ। ਅਤੇ ਫਿਰ ਨੈਕਸਟ ਕਰ ਦੇਣਾ। ਫਿਰ ਤੁਸੀਂ ਆਪਦੇ ਪੇਜ ਦੀ ਕੈਟੇਗਰੀ ਸਿਲੈਕਟ ਕਰਨੀ ਹੈ। ਖੇਤੀਬਾੜੀ ਜਿਹੜਾ ਚੀਜ਼ ਆ ਉਹ ਤੁਹਾਨੂੰ ਪਤਾ ਐਗਰੀਕਲਚਰ ਦੇ ਵਿੱਚ ਆਉਂਦੀ ਆ, ਤੁਸੀਂ ਇੱਥੇ ਐਗਰੀਕਲਚਰ ਏਜ ਐਗਰੀਕਲਚਰ, ਹਾਂ ਐਗਰੀਕਲਚਰ ਸਿਲੈਕਟ ਕਰ ਲੈਣਾ। ਤੁਹਾਡਾ ਹੋਰ ਵੀ ਜੇ ਤੁਸੀਂ ਸਿੰਗਰ ਹੋ, ਆਰਟਿਸਟ ਲਿਖ ਸਕਦੇ ਹੋ, ਜਾਂ ਵਲੋਗਿੰਗ ਸ਼ੁਰੂ ਕਰਨੀ ਹੈ ਵਲੋਗਿੰਗ ਲਿਖ ਸਕਦੇ ਹੋ, ਜਾਂ ਬਲੌਗ ਵਗੈਰਾ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਹ ਲਿਖ ਸਕਦੇ ਹੋ, ਕੁਛ ਵੀ ਸਿਲੈਕਟ ਕਰ ਸਕਦੇ ਹੋ। ਇਸ ਤੋਂ ਬਾਅਦ ਕ੍ਰੀਏਟ 'ਤੇ ਫਿਰ ਓਕੇ ਕਰਨਾ। ਇਹ ਸਿਰਫ ਤੁਹਾਡੇ ਕਰਕੇ ਮੈਂ ਅੱਜ ਨਵਾਂ ਪੇਜ ਤੁਹਾਨੂੰ ਵੱਲ ਸਿਖਾਉਣ ਦੇ ਲਈ ਮੈਂ ਨਵਾਂ ਪੇਜ ਬਣਾ ਰਿਹਾ, ਤੁਹਾਡੇ ਵੀ ਤੁਸੀਂ ਵੱਲ ਸਿੱਖ ਜਾਓਗੇ। ਫਿਰ ਜਰਨਲ ਦੇ ਵਿੱਚ, ਜਰਨਲ ਦੇ ਵਿੱਚ ਤੁਸੀਂ ਆਪਣਾ ਬਾਇਓ ਪਾਉਣਾ ਵੀ ਤੁਸੀਂ ਵੀ ਕਿਹੜੀ ਕੀ ਚੀਜ਼ ਹੈ ਤੁਹਾਡਾ, ਮਤਲਬ ਕਿ ਤੁਸੀਂ ਆਪਣੇ ਬਾਰੇ ਦੱਸਣਾ। ਜਿਵੇਂ ਆਪਾਂ ਇੱਥੇ ਲਿਖ ਦਿੰਦੇ ਹਾਂ ਵੀ ਸਪੈਸ਼ਲ ਕਮੈਂਟ, ਜਿੱਦਾਂ ਆਪਾਂ ਲਿਖ ਦਿੰਦੇ ਸਪੈਸ਼ਲ ਸਪੈਸ਼ਲ ਐਗਰੀ ਐਗਰੀ ਇਨਫੋਰਮੇਸ਼ਨ ਇਨਫੋ, ਠੀਕ ਹੈ। ਵੈਬਸਾਈਟ ਜੇ ਤੁਹਾਡੇ ਕੋਲ ਹੈ ਤਾਂ ਪਾ ਸਕਦੇ ਹੋ। ਮੇਲ ਐਡਰੈਸ ਪਾਉਣਾ ਜ਼ਰੂਰੀ ਆ, ਮੇਲ ਐਡਰੈਸ ਵੀ ਤੁਸੀਂ ਪਾ ਸਕਦੇ ਹੋ ਆਪਦਾ, ਜਿਵੇਂ ਮੈਂ ਪਾ ਦਿੰਦਾ ਜਿਨ੍ਹਾਂ ਦਾ ਪੇਜ ਮੈਂ ਬਣਾ ਰਿਹਾ ਉਹਨਾਂ ਦਾ ਮੇਲ ਐਡਰੈਸ ਇਹ ਹੈ। ਇੱਕ ਮਿੰਟ, ਮੈਂ ਦੇਖੋ ਲਿਖ ਰਿਹਾ, ਤੁਸੀਂ ਇੱਦਾਂ ਹੀ ਵੀਡੀਓ ਨੂੰ ਥੋੜ੍ਹਾ ਧਿਆਨ ਨਾਲ ਦੇਖੋਗੇ ਤੁਸੀਂ ਸਾਰੇ ਸਮਝ ਜਾਓਗੇ। ਜੇ ਇੱਕ ਵਾਰੀ ਨਾ ਸਮਝ ਆਵੇ ਤਾਂ ਦੂਰੀ ਵਾਰੀ ਫਿਰ ਦੇਖ ਸਕਦੇ ਹੋ। ਇੱਥੇ ਤੁਸੀਂ ਆਪਦਾ ਫੋਨ ਨੰਬਰ ਪਾਉਣਾ, ਜਿਵੇਂ ਇੱਥੇ ਮੈਂ ਫੋਨ ਨੰਬਰ ਪਾ ਦਿੰਦਾ 88727 0474, ਮੇਰੇ ਪੇਜ ਦਾ ਪੁਰਾਣੇ ਦਾ ਨੰਬਰ। ਅੱਛਾ, ਫੋਨ ਨੰਬਰ ਦੇ ਅੱਗੇ ਕੰਟਰੀ ਕੋਡ ਜ਼ਰੂਰੀ ਲਾਉਣਾ ਆਪਣਾ, ਜਿਵੇਂ ਕੰਟਰੀ ਕੋਡ ਇੰਨਾ, ਅਤੇ 88727 0474। ਇਸ ਤੋਂ ਬਾਅਦ ਤੁਸੀਂ ਐਡਰੈਸ ਦੇ ਵਿੱਚ ਤੁਹਾਡਾ ਜਿਹੜਾ ਐਡਰੈਸ, ਜਿਵੇਂ ਮੇਰਾ VPO ਦਲਮੀਰ ਖੇੜਾ, ਦਲਮੀਰ ਖੇੜਾ, ਸਿਟੀ ਆਪਣੀ ਹਬੋਰ ਹੈ ਜੀ, ਜਿਵੇਂ ਉਹ ਹਬੋਰ ਸਿਲੈਕਟ ਕਰ ਲੈਣਾ, ਇੱਥੋਂ ਲਿਖ ਲੈਣਾ ਹਬੋਰ। ਇੱਕ ਮਿੰਟ, ਸਿਰਫ ਅਤੇ ਸਿਰਫ ਤੁਹਾਡੇ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਮੈਂ ਪੇਜ ਕ੍ਰੀਏਟ ਕਰ ਰਿਹਾ। ਇੱਥੇ ਕੋਡ ਆਪਾਂ ਲਾਉਣਾ 15, ਪਿੰਨ ਕੋਡ ਲਾਉਣਾ, ਜਿਵੇਂ ਸਾਡੇ ਹਬੋਰ ਦਾ ਪਿੰਨ ਕੋਡ 15 21 16। ਫਿਰ ਇੱਥੇ ਇਹਨੂੰ ਤੁਸੀਂ ਨੋ ਹੋਵਰ ਵਿੱਚ ਸਿਲੈਕਟ ਕਰ ਸਕਦੇ ਹੋ, ਕੋਈ ਚੱਕਰ ਨਹੀਂ ਗਾ। ਫਿਰ ਤੁਸੀਂ ਨੈਕਸਟ ਕਰਨਾ। ਫਿਰ ਤੁਸੀਂ ਨੈਕਸਟ ਕਰਨਾ,
नेक्स्ट करन लगे थोड़ा जिहा प्रोसैस टाइम लगेगा। फिर आ थोड़ा पेज बन गया, इतने तुम डीपी ते जाके इतने आपकी डीपी लानी, जिवें मैं आप बच्चे की डीपी ला दिना। तो पिछे कवर फोटो भी ला सकते हो, डीपी ला के फिर नैक्सट करना है। डीपी का मतलब फोटो तुम लानी आपकी, तुम आपकी ला सकते हो, थोड़े प्रोफेशन की ला सकते हो। नैक्सट करके जेडे थोड़े पेज के बच्चे फ्रेंड होने, उन्होंने इनविटेशन भेजने वास्ते इतने इनवाइट तो ओके कर देना। जिमें 162 फ्रेंड है, ये 162 जने नोटिफिकेशन चला जाऊगा भी इन्होंने पेज बनाया, तुम सिलेक्ट करो, पर आप नहीं भेजना चाहते, फिर नैक्सट फिर कर देना। फिर स्टे इनफॉर्मेशन आ करके फिर डन कर देना, डन कर देना। हुण तुसीं देखोगे आ पेज बन गया, 0 लाइक है, 0 फॉलोअर, ते पेज अपना बन के तैयार हो गया। ये आपां सिलेक्ट किया सीगा एग्रीकल्चर, ते एस स्टार्ट टूर, ये चलो छोड़ो, ये तो बाद दी गल है, ते आपां इत्थों बह के कर दिंदे। ये अज तो मतलब कि तुसीं पेज बना लिया, ये तो अज तो हुण तुसीं आपदा काम शुरू कर सकते हो भी, ते तुसीं वीडियो पा सकते हो, कुछ भी कर सकते हो। ये असीं तुहानूं दस्सांगे अगली नैक्सट वीडियो दे विच। अज लई इन्ना ही, जे तुहानूं मेरी गल वधिया लगी जां तुसीं तुहानूं कोई सिखण नूं मिलिया, ते वीडियो नूं जरूर शेयर करिओ। धन्नवाद जी।